ਜੀ ਸਤਿ ਸ਼੍ਰੀ ਅਕਾਲ ਫਰੈਂਡ ਆਪਣੇ ਕੋਲ ਆਇਆ ਅੱਜ ਇੱਕ 9240240 ਨੰਬਰ ਮੋਸਟਰ ਵਾਲਾ ਡੈਕ ਜਿਹਨੂੰ ਆਪਾਂ ਉਲਟੀ ਕਿੱਟ ਜਾਂ ਮੋਦੀ ਕਿੱਟ ਵੀ ਕਹਿ ਦਿੰਦੇ ਹਾਂ ਅਤੇ ਇਹਨੇ ਸਾਰੀਆਂ ਤਾਰਾਂ ਹੀਟ ਕਰਕੇ ਜਿਹੜੀ ਆਪਣੀ ਮੇਨ ਵਾਇਰਿੰਗ ਹੁੰਦੀ ਉਹ ਮੇਨ ਵਾਇਰਿੰਗ ਦੇ ਅੰਦਰ ਦਿੱਕਤ ਕਰਤੀ ਵੀ ਮੰਨ ਕੇ ਚਲੋ ਇਹਦੇ ਅੰਦਰ ਦਿੱਕਤ ਰਹਿ ਰਹੀ ਆਪਾਂ ਮੋਸਫਿਟ ਜਿਹੜੇ ਦੋ ਚੇਂਜ ਕਰਨ ਵਾਲੇ ਸੀ 50-55 ਲੱਗੇ ਇਹਦੇ ਅੰਦਰ ਉਹ ਆਪਾਂ ਚੇਂਜ ਕਰਤੇ ਫਿਰ ਵੀ ਅੱਗੇ ਦਿੱਕਤ ਰਹਿੰਦਾ ਤਾਂ ਚੈੱਕ ਕਰਾਂਗੇ ਦਿੱਕਤ ਹੈ ਕਿ ਜਿਹੜੇ ਮੋਸਫਿਟ ਲੱਗੇ ਆ 9240-240 ਉਹ ਆਪਾਂ ਸਾਰੇ ਚੈੱਕ ਕਰਨੇ ਮੀਟਰ ਕਰ ਲੈਣਾ ਕੰਟੀਨਿਊਟੀ ਦੇ ਸਹੀ ਹੈ ਸਹੀ ਦੱਸ ਰਹੇ ਆ ਦੇਖੋ ਇਸ ਮੋਸਫਿਟ ਦੇ ਅੰਦਰ ਫਾਲਟ ਹੈ ਆਪਾਂ ਚੈੱਕ ਕਰਾਂਗੇ ਇਹਨਾਂ ਨੂੰ ਓਪਨ ਕਰਾਂਗੇ ਥੋੜ੍ਹੇ ਓਪਨ ਕਰ ਲੈਂਦੇ ਇਹਨਾਂ ਲੱਗਿਆ ਹੋਇਆ ਦੇਖੋ 9240 ਨੰਬਰ ਮੋਸਫਿਟ ਓਪਨ ਆਪਾਂ ਕਰ ਲਿਆ ਰੱਖੇ ਚੈੱਕ ਕਰਾਂਗੇ ਇਹ ਬਿਲਕੁਲ ਸ਼ੋਰਟ ਹੈ ਜੀ ਆਪਾਂ ਚੈੱਕ ਕਰਨ ਲੱਗੇ ਜਿਹੜਾ ਇਹਦੇ ਅੰਦਰ ਆਪਾਂ ਛੱਡੋ ਦੋਨੋਂ ਮੋਸਫਿਟ ਸ਼ੋਰਟ ਆਈ ਇਹਦੇ ਦੋਨੋਂ ਆਪਾਂ ਕਰਨੇ ਬਣਿਆ ਥੋੜ੍ਹੀ ਦੇਰ ਲਈ ਵੀਡੀਓ ਰੋਕ ਦਿੰਦਾ ਅਤੇ ਇਸ ਕਰਕੇ ਮੈਂ ਆਹ ਮੋਸਫਿਟ ਨੂੰ ਓਪਨ ਕਰ ਰਿਹਾ ਵੀਡੀਓ ਲੰਬੀ ਨਾ ਹੋਵੇ ਇਸ ਕਰਕੇ ਮੈਂ ਵੀਡੀਓ ਨੂੰ ਪੌਜ਼ ਕਰ ਰਿਹਾ ਲਓ ਜੀ ਆਫਟਰ ਆਲ ਆਪਣਾ ਸੈੱਟ ਹੋ ਗਿਆ ਤਿਆਰ ਹੁਣ ਤੁਹਾਨੂੰ ਚੈੱਕ ਕਰਵਾਵਾਂਗੇ ਆਪਾਂ ਆਹ ਦੇਖੋ ਆ ਦੋਨੇ ਮੋਸਫਿਟ ਜਿਹੜੇ ਚੇਂਜ ਕਰ ਦਿੱਤੇ ਹੈ ਅਤੇ ਹੁਣ ਇਹਨੂੰ ਆਪਾਂ ਪਾਵਰ ਦੇ ਕੇ ਚੈੱਕ ਕਰਾਂਗੇ ਲਓ ਜੀ ਮੈਂ ਹੁਣ ਕਾਰ ਲਾਉਣ ਲੱਗਿਆ ਪੈਨ ਚਲਾ ਕੇ ਮਿਊਜ਼ਿਕ ਰਿਪੋਰਟ ਆ ਹੁਣ ਸੈੱਟ ਦੀ ਦੋ ਮੋਸਫਿਟ ਆ ਚੇਂਜ ਕਰੇ ਹੈ ਦੋ 55 ਵਾਲੇ ਚੇਂਜ ਕੀਤੇ ਹੈ ਜੇ ਕੋਈ ਇਸ ਬਾਰੇ ਜਾਣਕਾਰੀ ਚਾਹੀਦੀ ਹੋਵੇ ਜਾਂ ਦੇਣੀ ਹੋਵੇ ਤਾਂ ਆਪ ਕਮੈਂਟ ਬਾਕਸ 'ਚ ਦੇ ਸਕਦੇ ਹੋ ਬਹੁਤ ਵਧੀਆ ਆਊਟਪੁੱਟ ਹੁੰਦੀ ਹੈ 9240